ਏ ਆਕਾਸ਼ ਬਣੀ ਜੰਮੂ ਹੈ ਡੋਗਰੀ ਖਬਰਾਂ ਜੇ ਤੁਹੰਦਾ ਸਵਾਗਤ ਹੈ ਪਹਿਲਾ ਖਾਸ ਖਬਰਾਂ ਦੇ ਨਾਮੇ ਨਰੇਸ਼ ਸ਼ਰਮਾ ਸਰਕਾਰ ਬੱਚਿਆਂ ਸਤਾ ਕੋਵਿਡ ਦੀ ਰੋਗਤਮ ਲਈ ਟੀਕਾਕਰਨ ਅਭਿਆਨ ਦੌਰਾਨ ਹੋਰਨੇ ਬਿਮਾਰੀਆਂ थमा ग्रस्त ਬਚੰਗੇ ਪ੍ਰਾਥਮਿਕਤਾ ਦੇ ਮੁਲਖੇ ਚ ਅਜੰਤੋੜੀ ਕਰੋਨਾ ਦੀ ਰੋਗਤਮ ਵਾਸਤੇ 90 ਕਰੋੜ 51 ਲੱਖ ਟੀਕੇ ਲਾਇਗੇ ਉਪਰ ਅਜਪਲ ਮਨੋਜ ਸਿਨਾ ਹੋਰੇ ਹੜਤਾਲ ਕਰਿਆ ਕਰਦੇ ਨਰਸਿੰਗ ਅਮਲੇ ਕਨਾ ਮਲਾਟੀ ਕੀਤੀ ਹੈ ਤੇ ਉੰਦਾ ਅਨੁਬੰਧ ਰ ਹੈ ਔਰ ਮਹੀਨੇ ਆਸਤਾ ਵਧਾਈ ਦਿੱਤਾ ਹੁਣ ਆਖਿਆ ਜੇ ਖਾਲੀ ਥਾਰਿਆਂ ਦਾ ਪਤਾ ਲਾਇਆ ਜਾ ਕਰਦਾ ਤੇ ਭਰਤੀ ਪ੍ਰਕਿਰਿਆ ਚ ਕਰੋਨਾ ਯੋਧਾਂਗੇ ਛੋੜ ਦਿੱਤੀ ਜਾਗ ਖਾਣਾ ਬਦੋਸ਼ ਤਬ ਕਹਿੰਦੇ ਜੁਵਾਇਆਂ ਆਸਤਾ 800 ਲੋਕੇ ਫਾਰਮ ਯੂਨਿਟ ਮਨਜ਼ੂਰ ਕੀਤੇ ਗਏ ਡਾਕਟਰ شاہਦ ਇਕਵਾਲ ਚੌਧਰੀ ਹੋਰ ਨੇ ਦੱਸਿਆ ਜੇ ਸਕੀਮ ਤਹਿਤ 10000 ਯੁਵਾਆਂਗੇ ਰੋਜ਼ਗਾਰ ਦਿੱਤਾ ਜਾਗ ਖਬਰਾਂ ਦੀ ਤਫਸੀਲ ਥਾਮਾ ਪਹਿਲਾ ਇੱਕ ਅਪੀਲ ਰਾਸ਼ਣ 18 ਬਰੇ ਕੋਲਾ ਮਦੀ ਬਰੇਸੂ ਦੇ ਲੋਕ ਗੀਤ 21 ਜੂਨ 2021 ਸਮਾਂ ਸਰਕਾਰੀ ਕੇਂਦਰੇ ਚ ਮੁਫਤ ਕੋਵਿਡ 19 ਟੀਕਾਕਰਨ ਆਭਿਆਨ ਚ ਤੇਜ਼ੀ ਆੰਦੀ ਰਹੀ ਹੈ ਅਸ ਯੁਵਾ ਸ਼ਰੋਤਾں ਗੇ ਸਲਾਹ ਦਿੰਨੇ ਆ ਜੇ ਉਹ ਟੀਕਾ ਲਵਾਈ ਲੈਣ ਸਾਡੇ ਸ਼ਰੋਤਾں ਗੇ ਵੀ ਸਲਾਹ ਦਿੱਤੀ ਜਾਂਦੀ ਹੈ ਜੇ ਉਹ ਸੁਰੱਖਿਆ ਪਾਉਣ ਚ ਕਮੀ ਨਹੀਂ ਕਰਨ ਕਿਉਂਕਿ ਕੋਵਿਡ 19 ਦਾ ਸਾਡੇ ਜਿੰਦੂ ਉਪਰ ਖਤਰਾ ਅਜੇ ਵੀ ਬਣਦਾ ਹੈ ਮਿਹਰਬਾਨੀ ਕਰੀਏ ਜੇਕਰ ਬਾਹਰ ਜਾਣਾ ਅਤ ਜ਼ਰੂਰੀ ਨਹੀਂ ਹੋਵੇ ਤਾਂ ਘਰ ਗਾ ਰਵੋ ਤੇ ਚਾਰ ਸਖਲੇ ਉਪਾਅ ਜਾਰੀ ਰੱਖੋ ਮੂੰਹ 'ਤੇ ਮਾਸਕ ਪਾਓ ਸਮਾਜੀ ਛੰਡੇ ਕੀਤਾ ਹੈ 2 ਗੱਜ ਦੀ ਦੂਰੀ ਰੱਖੋ ਹੱਥ ਤੇ ਮੂੰਹਗੇ ਸਾਫ਼ ਰੱਖਣੇ ਪਰ ਮੁੱਖ ਧਿਆਨ ਦਿਓ ਤੇ ਕੋਵਿਡ ਤੋਂ ਆਮ ਬਚਾਲਾ ਟੀਕਾ ਲਵਾਈ ਲਓ ਕੋਵਿਡ ਮੁਤਲਕ ਕੁਸਾ ਜਾਣਕਾਰੀ ਤੇ ਮਾਰਗਦਰਸ਼ਨ ਕੀਤਾ ਉਸ ਰਾਸ਼ਟਰੀ ਐਲਪਲਾਈਨ ਨੰਬਰਾਂ ਪਰ ਸੰਪਰਕ ਕਰੀ ਸਕਦੇ ਹੋ ਨੰਬਰ 01123978046 ਤੇ 1075 ਤੇ ਹੁਣ ਖਬਰਾਂ ਦੀ ਤਫਸੀਲ ਕਰਨਾ ਸ਼੍ਰੋਤੀ ਖਜੂਰੀਆ ਕੇਂਦਰੀ ਸਰਕਾਰ ਮੁਲਖhetra ਬੱਚੇਂ ਗੀਤਾ ਕੋਵਿਡ-19 ਟੀਕਾ ਕਰਨ ਅਭਿਆਨ ਦੌਰਾਨ ਉਹਨੇ ਬੱਚੇਂ ਗੀ ਪਹਿਲ ਲਈ ਹੈ ਟੀਕਾ ਲਗ ਜਿੰਨੇ ਕੀ ਕਿਸੇ ਹੋਰ ਬਿਮਾਰੀ ਦੀ ਸਮੱਸਿਆ ਹੋ ਬਿਮਾਰੀਆਂ ਸਮਾ ਸੁਰੱਖਿਆ ਗੀਤੇ ਟੀਕਾ ਕਰਨਾ ਲੈ ਰਾਸ਼ਟਰੀ ਤਕਨੀਕੀ ਸਲਾਹਕਾਰ ਗਰੁੱਪ ਐਨਟੀਏਜੀਆਈ ਦੇ ਅਧਿਖਸ਼ ਡਾਕਟਰ ਐਨਕੇ ਅਰੋੜਾ ਉਹ ਆਖਿਆ ਜਿਹਦੇ ਸਮਾਂ ਇਲਾਵਾ ਬਾਕੀ ਦੇ ਨਰੋਈ ਬੱਚੇਂ ਗੀ ਇਹਦੇ ਮਗਰਾ ਟੀਕੇ ਲਾਇਆ ਜਾ ਸਕਦਾ ਹੈ ਬਾਰਾ ਬਰੇ ਕੋਲੇ ਲਈਏ ਠਾਰਾ ਬਰੇ ਟੋੜੀ ਦੀ ਬਰੇ ਸੂਦੇ ਬੱਚੇ ਦੇ ਟੀਕਾ ਕਰਨ ਦੀ ਸਰਕਾਰ ਦੀ ਯੋਜਨਾ ਤੇ ਬਾਰੇ ਗੱਲ ਕਰਦੇ ਹੋਈ ਐਨਟੀਏਜੀਆਈ ਦੇ ਪ੍ਰਮੁਖ ਹੋ ਰਿਹਾ ਕਿਹਾ ਜਿਉਂਨੇ ਬੱਚੇ ਗੀਸ਼ਨਾਕ ਕਰਨ ਦੇ ਯਤਨ ਕਰਾ ਰਹੇ ਨੇ ਜਿਨੇ ਗੀ ਕੁਝ ਗੰਭੀਰ ਬਿਮਾਰੀਆ ਮਦਾ ਜੋਖਮ ਬਣੇ ਰਹੇ ਤੇ ਹਸਪਤਾਲ ਦਾਖਲ ਕਰਾਣੇ ਦੀ ਜ਼ਰੂਰਤ ਹੋ ਡਾਕਟਰ ਅਰੋੜਾ ਹੋ ਰਿਹਾ ਕਿਹਾ ਜੇ 1-2 ਹਫਤੇ ਅੰਦਰ ਗੈਸ ਆਰਜਨਿਕ ਤੌਰ ਪਰ ਉਹਨੇ ਬੱਚੇ ਦੀ ਸੂਚੀ ਉਪਲਬਧ ਹੋ ਉਨੇ ਆਕੇ ਸਰਕਾਰ ਮੁਲਕ ਦੇ ਬਾਕੀ ਬਾਕੀ ਇਸ ਨੇ ਜੋ ਬੰਦੋਬਸਤ ਕਰਨ ਦੀ ਕੋਸ਼ਿਸ਼ ਕਰੜਦੀ ਹੈ ਤਾਂ ਜੀ ਨੇ ਬੱਚੇ ਕੀ ਮਤਾ ਪੈਂਡਾ ਨਹੀਂ ਕਰਨਾ ਪਵੇ ਤੇ ਉਨੇ ਦੇ ਜ਼ਿਲ੍ਹੇ ਦੇ ਅੰਦਰ ਟੀਕੇ ਦੀ ਸਹੂਲਤ ਉਪਲਬਧ ਹੋਈ ਸਕੇ ਪਾਰੇ ਦੇ ਦਵਾਈਆਂ ਔਸ਼ਧੀਆਂ ਸਰਬੰਦੀ ਮਹਾਂਨਯੰਤਰਕ ਡੀਸੀਜੀਆਈ ਨੇ ਅਗਸਤ ਮਹੀਨੇ 10 ਸੇ ਐਨਡੀ ਟੀਕੇ ਦੇ ਬਾਲਕਾਂ ਤੇ ਕੰਨੇ 12 ਬਰੇਂ ਦੇ ਉਹਦੇ ਸਵਮਤੀ ਬਰੇਸੂ ਦੇ ਬੱਚੇ ਲਈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੀ नब्बे करोड़ कुंजा लाख सवद कोविड रोधी टीकों दियां लाइए भारत ने एक होर बड़ी उपलब्धि हासिल की थी है पिछले चौबी घंटे दौरान राष्ट्रव्यापी कोविड रोधी टीकाकरण अभियान तहत तहत्तर लाख छिहत्तर हजार खुराका लाभार्थियों की दी गई पिछले चौबी घंटे दौरान कोविड के करीबन बई हजार नये मामले मुल्क भर सामने आए इसे अवधि दौरान छब्बी हजार मरीज नरोए भी होय केन्द्रीय सेहत मंत्रालय ने आख्या है जे मुल्क सवा ग्रस्त मरीजों के नरोए होने की दर सानवे शरिया अट्ठ सत्त फीसद ਅਜਿੰ ਤੱਕ 3 ਕਰੋੜ 3 ਲੱਖ ਤੋਂ ਵੱਧ ਕੋਵਿਡ ਦੇ ਮਰੀਜ਼ ਬਲ ਹੋ ਹੀ ਚੁੱਕੇ ਨੇ ਇਸ ਲਈ ਕੋਵਿਡ ਦੇ ਸਕਰੀਏ ਮਾਮਲੇ ਦੀ ਗਿਣਤੀ 2 ਲੱਖ 70 ਹਜ਼ਾਰ ਸਮਾਂ ਕਿਸ਼ਕੇ ਬਾਅਦ ਹੈ ਜਿਹੜੀ ਪਿਛਲੇ 199 ਦਿਨਾਂ ਤੋਂ ਸਬਨਥਾਂ ਮਾ ਕੱਟੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰੋ ਰਿਆਨਖਾ ਜਿਪਦਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਮਜ਼ਬੂਤ ਨੇਤ੍ਰਿਤਵ ਵਿੱਚ ਮੁਲਕ ਪਰੇ ਦੇ ਸਾਰੇ ਨਾਗਰਿਕਾਂ ਕੀ ਮੁਫਤ ਟੀਕਾ ਉਪਲਬਧ ਕਰਵਾਇਆ ਗਿਆ ਹੈ ਤਾਂ ਜੰਮੂ ਕਸ਼ਮੀਰ ਚ ਕੋਵਿਡ ਰੋਦੀ ਟੀਕੇ ਦੀਆਂ ਪਿਛਲੇ 24 ਘੰਟੇ ਦੌਰਾਨ 141241 ਖੁਰਾਕਾਂ ਲਾਭਤਿਆਂ ਕੀ ਦਿੱਤੀਆਂ ਚਾਈ ਚੁਕੀਆਂ ਨੇ ਅਜੇ ਤੱਕ 1 ਕਰੋੜ 18 ਲੱਖ 4671 ਟੀਕੇ ਦੀਆਂ ਖੁਰਾਕਾਂ ਲਾਭਤਿਆਂ ਕੀ ਦਿੱਤੀਆਂ ਚਾਈ ਚੁਕੀਆਂ ਨੇ ਤੇ 18 ਬਰੇਸ਼ਾ ਬਦ ਦੀ ਬਰੇਸ ਦੇ 78.9 ਫੀਸਦੀ ਲੋਕਾਂ ਦਾ ਜੰਮੂ ਕਸ਼ਮੀਰ ਚ ਟੀਕਾਕਰਨ ਹੋ ਚੁੱਕੇ ਦਾ ਹੈ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਚ ਕੱਲ ਕੋਵਿਡ ਦੇ 102 ਨਵੇਂ ਮਾਮਲੇ ਸਾਹਮਣੇ ਆਏ ਇਹਦੇ ਚ 21 ਜੰਮੂ ਖੇਤੇ ਥਮਾ ਹੈ ਤੇ ਕਾਸੀ ਕਸ਼ਮੀਰ ਕਾਟੀ ਥਮਾ ਇਹਨੇ ਮਾਮਲੇ ਦੇ ਸਾਹਮਣੇ ਆਉਣੇ ਮਗਰਾ ਕੋਵਿਡ ਦੇ ਕੁੱਲ ਮਾਮਲੇ ਦੀ ਗਿਣਤੀ 3 ਲੱਖ 29 ਹਜ਼ਾਰ 700 ਨਨ ਹੋ ਗਈ ਹੈ ਇੰਦੇ ਚਾਇਕ ਸਾਥ 201 ਸਕਰੀਅ ਮਾਮਲੇ 3 ਲੱਖ 24164 ਮਰੀਜ਼ ਨਰ ਹੋਏ ਗਏ ਦਿਨ ਕਲ ਕੋਸੇ ਵੀ ਵਿਅਕਤੀ ਦੀ ਕੋਵਿਡ ਕਰੀ ਮੌਤ ਹੋਣੇ ਦੀ ਖਬਰ ਨਹੀਂ ਹੈ ਮਿਕਰੋਮਾਈਕੋਸਿਸ ਦਾ ਕੱਲ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਜੇ ਤੱਕ ਇਸ ਲਾਗਿਆ ਕਰੀ 4424 ਲੋਕਾਂ ਦੀ ਕੋਵਿਡ ਕਰੀ ਮੌਤ ਹੋਈ ਚੁੱਕੀ ਦੀ ਹੈ 190 ਹੋਰ ਮਰੀਜ਼ਾਂ ਦੇ ਨਰੋਇਓ ਜਾਣੇ ਪਰੰਤ ਹੁਨੇਗੀ ਪਾਕਪਖ ਹਸਪਤਾਲ ਨੇ ਥਮਾ ਛੁੱਟੀ ਥੋਏ ਦੇਗੀ ਜਿੰਦੇ ਚ 45 ਜੰਮੂ ਹਿੱਤੇ ਥਮਾ ਹੈ ਤੇ 150 ਕਸ਼ਮੀਰ ਕਾਟੀ ਥਮਾ ਇਸੇ ਦੌਰਾਨ ਮੁਲਕ ਪਰੇ ਥਮਾ ਕੋ ਪਿਛਲੇ 24 ਘੰਟੇ ਦੌਰਾਨ ਕੋਵਿਡ ਦੇ 22849 ਮਾਮਲੇ ਸਾਹਮਣੇ ਆਏ ਜੈਦੇ ਮਗਰਾ ਕੋਵਿਡ ਦੇ ਕੁੱਲ ਤਸਦੀਕਸ਼ੁਦਾ ਮਾਮਲੇ ਦੀ ਗਿਣਤਰੀ त्रै करोड़ अठत्ती लाख तेरह हजार नौ सौ त्रै गई इसलिए कोविड के सक्रिय मामले की गिनरी दो लाख सत्तर हजार पांच सौ सतुंजा है त्रै करोड़ त्री लाख चरानवे हजार पांच सौ नत्ती मरीज नरो चुके पिछले चौबी घंटे दौरान कोविड करी दो सौ चौतालीकों की मौत हो गई है अजें तक इस लागत करी चार लख अड़ताली हजार अठ सौ सतारा मरीजों की मौत हो चुकी तगर पुज बनाने सबंधी केंद्र सरकार के कार्यक्रम तहत केंद्रीय ग्रामीण विकास पंचायती राज मंत्री गिरिराज सिंह हो कल कठुआ जिले के बिलावर इलाके का दौरा लाया आकाशवाणी जम्मू दे संवाददाता रिपोर्ट मताबिकीय मंत्री आज जम्मू कश्मीर त्रं सतह आली पंचायती राज सिस्ता लागू किया गया है जेने जम्मू कश्मीर दे विकास की रफ्तार थोक मंत्री इस मौके बहकमें आसे लाए गए स्टॉल जे रई बाई बागवानी आई सी डी एस बैंक वगैरह शामिल हे का निरीक्षण कि तो कृषि ते बागवानी सैक्टर तहत प्रायोजित स्कमें राए सोलह ट्रैक्टर लाभार्थियों के ला दिते मंत्री बारह करोड़ चहत्तर लाख रप की लागत कने कनाई गेरी संपत्ति का इस उद्घाटन किया पीएमए वाई तहत एक हजार लाभार्थियों के भी दिते दरीस्त राए कठुआई जिला विकास काउंसिल कौंसल त्रै बिकास कौल की इमारत का नींह पत्थर रखा मंत्री और पंचायती राज चुने के चुने गम्बरें की अपील की अपने अपने इलाकें दिए प्राथमिकताएं के आधार पर योजना बनाने बजट का आवंटन करें ਕੇਂਦਰ ਸਰਕਾਰ ਦੇ ਆਊਟਰੀਚ ਪ੍ਰੋਗਰਾਮ ਤਹਿਤ ਕੇਂਦਰੀ ਕਪੜਾ ਰਾਜ ਮੰਤਰੀ ਦਰਸ਼ਨਾ ਵਿਕਰਮ ਜ਼ਰਦੋਸ਼ ਹੋਰੇ ਕੱਲ ਅਨੰਤਨਾਗ ਜ਼ਿਲ੍ਹੇ ਦਾ ਦੌਰਾ ਕੀਤਾ ਉਹਨੇ ਦਸਤਕਾਰੀ ਤੇ ਅਤਖੱਡੀ ਮੈਕ ਮੇਂ ਪਾਸੇ ਲਾਇਏ ਗਏ ਦੇ ਸਟਾਲ ਦਿੱਖੇ ਤੇ ਪੰਚਾਇਤੀ ਰਾਜਦਾਰੀ ਦੇ ਸਦਸਿਆਂ ਗਨ ਨਾਲ ਗੱਲਬਾਤ ਵੀ ਕੀਤੀ ਮੰਚੂ ਨੇ ਸਿਲੀਗਾਮ ਦੇ ਕਾਰਪਟ ਸੈਂਟਰ ਦਾ ਵੀ ਚੱਕਰ ਲਾਇਆ ਤੇ ਕਾਰੀਗਰੀਂ ਦੀਆਂ ਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਹਸਲ ਕੀਤੀ ਇਸ ਮੌਕੇ ਪਰ ਬੋਲਦਈ ਮੰਚਿਓ ਨੇ ਆਖਿਆ ਜੇ ਕੇਂਦਰ ਸਰਕਾਰ ਪਾਸੇ ਆ ਮੁਲਕ ਹੈ ਚ ਦਸਤਕਾਰੀ ਸੈਕਟਰ ਦੇ ਬੜਾ ਵਿਆਸਤੇ ਪੁੱਟੀਆਂ ਗੇਨੀਆਂ ਗਏ ਬਾਰੇ ਚਰਚਾ ਕੀਤੀ ਤੇ ਉਹਨੇ ਨਿਜੀ ਸਹਾਇਤਾ ਗਰੁੱਪਿੰਗੀ ਆਪਣੇ ਯੂਨਿਟ ਜੈਮ ਪੋਰਟਲ ਕੰਨੇ ਪੰਜੀਕ੍ਰਿਤ ਕਰਾਉਣੇ ਪਰ ਜ਼ੋਰ ਪਾਇਆ ਤਾਂ ਜੇ ਉਹਦੇ ਉਤਪਾਦਨ ਦੀ ਵਿਕਰੀ ਦਾ ਸਤਰ ਵਧੀ ਸਕੇ ਉਹਨੇ ਆਖਿਆ ਜੇ ਪ੍ਰਧਾਨ ਮੰਚੂਰੇ ਚੰਗ ਮੁਗਸ਼ਮੇਰਗੀ ਇੱਕ ਵਿਕਸਿਤ ਥਾਰ ਬਣਾਣਾ ਚਾਹੁੰਦੇ ਨੇ ਤੇ ਉਹਨੇ ਇਥੂਆਂ ਲੋਕਿਆਂ ਸਤੇ ਨੇਕਾ ਕਲਿਆਣਕਾਰੀ ਗੇਮ ਦੀ ਪੁੱਟੀਆਂ ਇਹ ਖਬਰਾਂ ਤੁਸ ਆਕਾਸ਼ਵਨੀ ਜੰਮੂਪੁਰਾ ਸੁਣਾ ਰਹੇ ਹੋ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ आकाशवाणी जम्मू का क्षेत्रीय समाचार एकांश जम्मू यूनिवर्सिटी के डिपार्टमेंट ऑफ स्टूडेंट्स वेलफेयर के सहयोग पेश करता है आजादी का अमृत महोत्सव क्विज इंडिया एट सेवेंटी फाइव अज का सवाल है दुनिया के किस नेता की सीमांत गांधी सरहदी गांधी या फ्रंटियर गांधी भी आख्या जनता है जवाब तुम सड़े ईमेल एड्रेस इंडिया सेवनटी फाइव क्विज एट जीमेल डॉट कॉम भेजी ਤੁਨ ਬਾਕੀ ਦੀ ਖਬਰਾਂ ਕਨੇ ਨਰੇਸ਼ ਸ਼ਰਮਾ ਉਪ ਰਾਜਪਾਲ ਮਨਵਜ ਸਿਨਾ ਹੋਰੇ ਕੱਲ ਹੜਤਾਲ ਕਰਿਆ ਕਰਦੇ ਨਰਸਿੰਗ ਅਮਲੇ ਕਨਾਂ ਮਲਾਟੀ ਕੀਤੀ ਜਿੰਦਾ ਕੰਮ ਕਰਨ ਦਾ ਕਰਾਰ ਖਤਮ ਹੀ ਗਿਆ ਹੈ ਉਪ ਰਾਜਪਾਲ ਹੋਰੇ ਹੁੰਦਾ ਇਹ ਅਨੁਬੰਧ ਔਰ ਤਰੇ ਮਹੀਨੇ ਆਸਤੇ ਬਤਾ ਹੀ ਦਿੱਤਾ ਹੈ ਉਹਨੇ ਸਿਹਤ ਵਰਕਰਾਂ ਕਨਾਂ ਜੰਮੂ ਤੇ ਸ਼ੇਰਨਗਰ ਚ ਬੱਖੋ ਬੱਖ ਬੈਠਕਾਂ ਲਾਈਆਂ ਤੇ ਉਹਨਾਂ ਨੇ ਇਹ ਪ੍ਰੋਸਾ ਦੋਆਇਆ ਜੇ ਨੀਮ ਡਾਕਟਰੀ ਅਮਲੇ ਦੀਆਂ ਅਸਾਮੀਆਂ ਦਾ ਤੌਲੇ ਪਤਾ ਲਾਈਆ ਉਹਨਾਂ ਨੇ ਇਹ ਅਦੀ ਸੂਚਿਤ ਕੀਤਾ ਜਾਗ ਉਪ ਰਾਜਪਾਲ ਹੋਰੇ ਆਖਿਆ ਜੇ ਕੋਰੋਨਾ ਯੋਦਾएंगे ਪਰਥੀ ਪ੍ਰਕਿਰਿਆ ਚ ਛੋੜ ਦਿੱਤੀ ਜਾਗੇ ਜਨਾ ਮਹਾਮਾਰੀ ਦੌਰਾਨ ਅੱਗੇ ਬਦੀ ਚੜੀਆ ਕੰਮ ਕੀਤਾ ਹੈ ਉਹਨੇ ਸੀਨੀਅਰ ਅਧਿਕਾਰੀਆਂ ਨੇ ਪਰਦੇਸ਼ ਚ ਨਰਸਿੰਗ ਅਮਲੇ ਦੀਆਂ ਖਾਲੀ ਪੇਦੀਆਂ ਥਾਰਿਆਂ ਦਾ ਤੌਲੇ ਪਤਾ ਲਾਈ ਹੈ ਉਹਦੇ ਆਸਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਆਖਿਆ ਉਪਰਾਜਪਾਲ ਮਨੋਜ ਸਿਨਾ ਔਰ عمران ਮਲਕੀ ਕੀ ਆਈਪੀਐਲ ਚ ਡੈਬਿਊ ਕਰਨ ਲਈ ਮੁਬਾਰਕਬਾਦ ਦਿੱਤੀ ਹੈ ਮਲਕ ਨੇ ਸਨਰਾਈਜ਼ ਹਦਰਾਬਾਦ ਟੀਮ ਚ ਆਪਣਾ ਆਈਪੀਐਲ ਡੈਬਿਊ ਕੀਤਾ ਹੈ ਸਿਨਾ ਨੇ ਆਖਿਆ ਜੇ ਮਲਕ ਹੋਰੇ ਪੂਰੇ ਜੰਮੂ ਕਸ਼ਮੀਰ ਕੇ ਮਾਨ ਕਰਨੇ ਦਾ ਮੌਕਾ ਦਿੱਤਾ ਹੈ ਉਪਰਾਜਪਾਲ ਹੋਰੇ ਆਖਿਆ ਜੇ ਮਲਕ ਔਰ ਮਤੇ ਸਾਰੇ ਯੂਵਾ ਕ੍ਰਿਕਟ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤਨ ਸਿਨੌਰੇ ਮਲਕ ਹੋ ਰੰਗੇ ਉਹਦੇ ਬਿਹਤਰ ਭਵਖ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਕਬੇਲਾ ਮਾਮਲੇ ਸਰਬੰਦੇ ਮੈਕਮਨ ਖਾਣਾ ਬਦੋਸ਼ ਤਬਕੇ ਦੇ 10000 ਨੌਜਵਾਨਾਂ ਨੂੰ ਰੋਜ਼ਗਾਰ ਦੇਣੇ ਤੇ ਕੌਸ਼ਲ ਵਿਕਾਸ ਦੇ ਕੋਰਸ ਸ਼ੁਰੂ ਕਰਨ ਦੀ ਇੱਕ ਵੱਡੀ ਯੋਜਨਾ ਸ਼ੁਰੂ ਕੀਤੀ ਹੈ ਇਸ ਸਰਬੰਦੇ ਚ ਲੌਕੇ ਪੇ ਡਫਾਰਮ ਸਕੀਮ ਦੇ ਪਹਿਲੇ ਚਰਨ ਦਾ ਪਿੰਡ ਪਾਲਨ ਮੈਕਮੇਂ ਪਾਸਾ ਬਖ ਬਖ ਜ਼ਿਲਾਂ ਚ ਪਰਚੀ ਕੜੀਆ ਉਦਘਾਟਨ ਕੀਤਾ ਗਿਆ ਇਸ ਸਕੀਮ ਦੇ ਪਹਿਲੇ ਗੇੜ ਤਹਿਤ 1500 ਜੁਵਾਏਂਗੇ ਤਾਲਿਆ ਗਿਆ ਹੈ ਸਕੀਮ ਤਹਿਤ ਅਗਲੇ ਚਾਉਂ ਬਰੇ ਚ ਇਸ ਚਾਲੀ ਦੇ 10000 ਪਿੰਡ ਪਾਲਨ ਫਾਰਮ ਤਿਆਰ ਕੀਤੇ ਜਾਣਗੇ ਮੈਕਮੇਂ ਪਾਸਾ ਇਸ ਸਰਬੰਦੇ ਚ ਇੱਕ ਜਾਗਰੂਤਾ ਕਾਰਜਕ੍ਰਮ ਦੀ ਸ਼ੁਰੂ ਕੀਤਾ ਗਿਆ ਹੈ ਤਵੇਲਾ ਮਾਮਲੇ ਸਰਬੰਦੇ ਮੈਕਮੇ ਦੇ ਸਚਿਵ ਡਾਕਟਰ شاہਦ ਇਕਬਾਲ ਚੌਧਰੀ ਹੋ ਰਹੇ ਹਨ ਦਸੇ ਆਜੇ ਮੈਕਮੇ ਪਾਸਾ ਸਕੀਮ ਤਹਿਤ 500 ਡੇਰੀ ਫਾਰਮ 700 ਔਰ ਲੋਕੇਪਿਡ ਫਾਰਮ ਤੇ 17 ਦੁੱਧ ਗ੍ਰਾਂ ਤਿਆਰ ਕੀ ਨਿਧੇ ਪ੍ਰਕਿਰਿਆ ਜਾਰੀ ਹੈ ਅਲਪਸੰਖਿਆ ਕਾ ਮਾਮਲੇ ਦੇ ਮੰਤਰੀ ਮੁਖਤਾਰ ਅਬਾਸ ਨਕਵੀ ਹੋਰੇ ਆਖਿਆ ਜੇ ਭਾਰਤ ਦੀ ਸੰਸਕ੍ਰਿਤੀ ਰਿਵਾਇਤਾਂ ਤੇ ਸੰਵਿਧਾਨ ਨੇ ਵਿਵਧਤਾ ਚ ਏਕਤਾ ਦੀਆਂ ਤੰਦਾਂ ਦੇ ਕਦੇ ਵੀ ਕਮਜ਼ੋਰ ਨਹੀਂ ਪਾਉਣ ਦਿੱਤਾ ਪੰਡਿਤ ਦੇਨ ਦਿਆਲ ਸਮ੍ਰਿਤੀ ਸਮਾਨ ਪ੍ਰੋਗਰਾਮ ਕੀ ਨਵੀਂ ਦਿੱਲੀ ਚ ਸੰਬੋਧਿਤ ਕਰਦੇ ਹੋਏ ਉਹਨੇ ਆਖਿਆ ਜੇ ਪੂਰੇ ਪ੍ਰਾਤੇ ਵਿਕਾਸ ਦੀ ਬੱਤੇ ਚ ਮਤੀਆਂ ਸਾਰੀਆਂ ਰੁਕਾਵਟਾਂ ਆਈਆਂ ਪਰ ਵਿਵਧਤਾ ਚ ਏਕਤਾ ਵਾਲੀ ਸਾੜੀ ਮਜ਼ਬੂਤੀ ਤੇ ਪਨਛਾਨ ਨੇ ਮੁਲਖ ਹੈ ਕੀ ਖੁਸ਼ਹਾਲੀ ਵਾਲੀ ਬੱਤਾ ਪਰ ਅਗੜਾ ਬਦਨਾ ਹਮੇਸ਼ਾ ਯਕੀਨੀ ਕੀਤਾ ਵੱਖ-ਵੱਖ ਭਾਸ਼ਾ ਧਰਮ ਜੀਵਨਸ਼ਾਲੀ ਹੋਣ ਦੇ باوجود ਵੀ ਭਾਰਤ ਇੱਕ ਹੈ ਕਿ ਜੇ ਸਾੜੀਆਂ ਸਾਂਸਕ੍ਰਿਤਿਕ ਰਵਾਇਤਾਂ ਤੇ ਸੰਵਿਧਾਨਿਕ ਮੁੱਲ ਇਹ ਸਾ ਅਸੀਂ ਕਿ ਇੱਕ ਮੁੱਠ ਰੱਖਿਆ ਹੈ ਮੰਤਰੀ ਹੋਰੇ ਗਲਾਜੇ ਪਿਛਲੇ ਸੱਤੇ ਬਰੇ ਦੌਰਾਨ ਸਰਕਾਰ ਨੇ ਸੰਵਿਧਾਨਿਕ ਮੁੱਲਾਂ ਨੂੰ ਮਜ਼ਬੂਤ ਪੂਰੀ ਚਾਲੀ ਸਸ਼ਕਤ ਕਰਨ ਲਈ ਕੰਮ ਕੀਤਾ ਹੈ ਸਰਕਾਰ ਆਰਿਕ ਵਰਗ ਦੇ ਸਮਾਨ ਕਰਨਾ ਵਿਕਾਸ ਕੀ ਜਿਹਦੇ ਚ ਅਲਪ ਸੰਖਕ ਵੀ ਸ਼ਾਮਲ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਇਹ ਦੇ ਕੰਨਾਗਾ ਖਬਰਾਂ ਦਾ ਇਹ ਬੁਲੇਟਨ ਸਮਾਪਤ ਹੋਆ